और चोरी हुई, असि सुते रहे, चार घर लुट के ले गए, कोई पता नहीं चलिया, सोना गहना जो भी पैसा धेला सारा चल गया, वो ले गए लुट लट के, तो उड़का का ब्याह गरीब मारे, गरीबा ने मदद करो, हम चोर असी तो फड़े नहीं गए, तुम पढ़ो। असि राती इतने सुते थे तो सवेर देख लगा सारे समान बनते पे थे, ठीक है जो टूमा सिया पैसे सब कुछ लै गए। ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਪਿੰਡ ਸਾਗਰ ਨੇੜੇ ਬੀਤੀ ਰਾਤ ਚੋਰਾਂ ਨੇ ਪਸ਼ੂ ਪਾਲਕਾਂ ਦੇ 6 ਘਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਚੋਰਾਂ ਦੇ ਵੱਲੋਂ ਇੱਕੋ ਰਾਤ ਦੇ ਵਿੱਚ 6 ਘਰਾਂ ਵਿੱਚ ਚੋਰੀ ਦੀ ਵਾਰਦਾਤ ਕੀਤੀ ਗਈ। ਸਭ ਤੋਂ ਪਹਿਲਾਂ ਚੋਰਾਂ ਨੇ ਪੂਰੇ ਸ਼ਾਤਿਰਾਨਾ ਢੰਗ ਦੇ ਨਾਲ ਪੂਰੀ ਪਲੈਨਿੰਗ ਦੇ ਤਹਿਤ ਨਸ਼ੀਲੇ ਪਦਾਰਥ ਦਾ ਜਿਹੜਾ ਛਿੜਕਾਅ ਇਹਨਾਂ 6 ਘਰਾਂ ਦੇ ਵਿੱਚ ਕੀਤਾ ਤੇ ਬਾਅਦ ਦੇ ਵਿੱਚ ਵਾਰਦਾਤ ਨੂੰ ਅੰਜਾਮ ਦਿੰਦਿਆਂ ਭਾਰੀ ਮਾਤਰਾ ਦੇ ਵਿੱਚ ਨਕਦੀ ਅਤੇ ਗਹਿਣੇ ਲੈ ਕੇ ਫਰਾਰ ਹੋ ਗਏ। ਨਸ਼ੇ ਦੀ ਹਾਲਤ ਦੇ ਵਿੱਚ ਪਏ ਲੋਕਾਂ ਨੂੰ ਕੁਝ ਪਤਾ ਨਹੀਂ ਸੀ ਕਿ ਉਹਨਾਂ ਦੇ ਘਰ ਦੇ ਵਿੱਚ ਕੀ ਚੱਲ ਰਿਹਾ ਹੈ। ਜਦੋਂ ਉਹ ਨਸ਼ੇ ਦੀ ਹਾਲਤ ਤੋਂ ਬਾਹਰ ਆਏ ਤਾਂ ਉਹਨਾਂ ਨੇ ਵੇਖਿਆ ਕਿ ਪੂਰਾ ਜਿਹੜਾ ਉਹਨਾਂ ਦੇ ਘਰ ਦਾ ਸਮਾਨ ਹੈ ਉਹ ਖਿਲ ਰਿਹਾ ਪਿਆ ਸੀ ਤੇ ਲੋਕਾਂ ਦੇ ਵਿੱਚ ਹਲਚਲ ਪੈਦਾ ਹੋ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੀੜਤ ਲੋਕਾਂ ਨੇ ਕੀ ਦੱਸਿਆ, ਆਓ ਸੁਣਦੇ ਹਾਂ। ਚੋਰੀ ਹੋਈ, ਅਸੀਂ ਸੁੱਤੇ ਰਹੇ, ਚਾਰ ਘਰ ਲੁੱਟ ਕੇ ਲੈ ਗਏ, ਕੋਈ ਪਤਾ ਨਹੀਂ ਚੱਲਿਆ, ਸੋਨਾ ਗਹਿਣਾ ਜੋ ਵੀ ਪੈਸਾ ਧੇਲਾ ਸਾਰਾ ਚੱਲ ਗਿਆ। ਕੁੜੀ ਦਾ ਵਿਆਹ ਦੱਸਿਆ ਗਿਆ ਸੀ, ਕੁੜੀ ਦਾ ਵਿਆਹ ਰੱਖਿਆ ਹੀ ਸੀ, ਆਹੋ ਰਾਤੀ ਜਾ ਕੇ ਨਾ ਕੱਲ ਪੈਸੇ ਲਿਆ ਗਿਆ ਸੀ ਕਿ ਰੱਖੇ ਤੇ, ਆਦਾ ਉਹ ਲੈ ਗਏ ਲੁੱਟ ਲੱਟ ਕੇ, ਤਾਂ ਉੜਕਾ ਦਾ ਵਿਆਹ ਗਰੀਬ ਮਾਰੇ। ਸਵੇਰ ਦੇਖਣ ਲੱਗਾ ਸਾਰੇ ਸਮਾਨ ਬੰਨ ਤੇ ਪਿਆ ਸੀਗਾ ਤੇ ਗਹਿਣੇ ਗੁਣੇ ਸੀਗੇ ਤੇ 60,000 ਰੁਪਏ ਸੀਗਾ। ਮੇਰੇ ਵਾਸਤੇ ਹਾਂਜੀ ਵਿਆਹ ਸੀਗਾ, ਪੈਸੇ ਅੰਦਰ ਰੱਖਿਆ ਸੀ, 10 ਦਿਨ ਵਿਆਹ ਨਾ ਰਹਿ ਗਈ, ਹੁਣ ਕੁਛ ਵੀ ਨਹੀਂ। ਪੁਲਿਸ ਆਈ ਸੀ? ਹਾਂਜੀ, ਉਹ ਤਾਂ ਮੌਕਾ ਕਰਕੇ ਗਏ, ਦੇਖ ਦੁਖ ਕੇ ਜਾਣਗੇ, ਸਰਪੰਚ ਵੀ ਆਇਆ ਸੀਗਾ। ਸਾਰਾ ਕੁਝ ਦੇਖ ਕੇ ਕੀ ਮੰਗ ਕਰਦੇ ਤੁਸੀਂ ਹੁਣ ਪੁਲਿਸ ਤੋਂ? ਦੇਖੋ ਜੋ ਗਵਰਨਮੈਂਟ ਕਰ ਸਕਦੇ ਮੈਨੂੰ ਕਿਉਂ। ਕੀ ਨਾਮ ਤੁਹਾਡਾ? ਬਸ਼ੀਰ। ਬਸ਼ੀਰ ਜੀ, ਕੀ ਮਾਮਲਾ ਹੋਇਆ ਰਾਤੀ? ਭਾਜੀ ਪਤਾ ਕੋਈ ਨਹੀਂ, 2 ਵਜੇ ਤੋਂ 1 ਵਜੇ ਤੋਂ ਲੈ ਕੇ 5 ਵਜੇ ਤੱਕ ਸਾਨੂੰ ਕੋਈ ਪਤਾ ਨਹੀਂ, ਕੋਈ ਸਪਰੇ ਸੁੱਟ ਗਏ ਸੀਗੇ, ਕੋਈ ਪਤਾ ਨਹੀਂ ਕੀ ਹੋਇਆ, ਕੀ ਲੈ ਕੇ ਕੀ ਹੋਇਆ, ਠੀਕ ਹੈ। ਮੋਬਾਈਲ ਵੀ ਲੈ ਕੇ ਸੀ ਮੇਰਾ, ਠੀਕ ਹੈ, ਜਿਹੜੀ ਟੂਮਾਂ ਸੀਗੀਆਂ ਪੈਸੇ ਸੀਗੇ ਸਭ ਕੁਝ ਲੈ ਕੇ ਸੀ। ਕੀ ਮੰਗ ਕਰਦੇ ਪ੍ਰਸ਼ਾਸਨ? ਅਸੀਂ ਇਹ ਮੰਗ ਕਰਦੇ ਵੀ ਜਲਦ ਤੋਂ ਜਲਦ ਸਾਨੂੰ ਇਨਸਾਫ਼ ਮਿਲਿਆ ਜਾਵੇ। ਤਾਂ ਇੱਕ ਪਾਸੇ ਕਿਸੇ ਨੇ ਆਪਣੀ ਪੂਰੀ ਉਮਰ ਦੀ ਜਿਹੜੀ ਬੱਚਤ ਹੈ ਉਹ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਨਾ ਸੀ ਤੇ ਕਿਸੇ ਨੇ ਆਪਣੀ ਲੜਕੀ ਦਾ ਵਿਆਹ ਕਰਨਾ ਸੀ, ਤਾਂ ਇਹ ਇੱਕ ਚਿੰਤਾ ਦਾ ਵਿਸ਼ਾ ਹੋ ਗਿਆ ਕਿ ਉਹਨਾਂ ਦੇ ਘਰ ਦੇ ਵਿੱਚ ਹੁਣ ਚੋਰੀ ਦੀ ਵਾਰਦਾਤ ਹੋ ਗਈ ਹੈ ਤੇ ਮਾਂ ਪਿਓ ਵਿਚਾਰੇ ਪੂਰੀ ਚਿੰਤਾ ਦੇ ਵਿੱਚ ਹਨ। ਇਸ ਸੰਬੰਧ ਦੇ ਵਿੱਚ ਥਾਣਾ ਦਸੂਹਾ ਦੇ ਵਿੱਚ ਪੀੜਤਾਂ ਦੇ ਵੱਲੋਂ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ ਤੇ ਪੁਲਿਸ ਤੋਂ ਉਹਨਾਂ ਨੇ ਇਨਸਾਫ਼ ਦੀ ਗੁਹਾਰ ਲਗਾਈ ਹੈ। ਚੜ੍ਹਦੀ ਕਲਾ ਟਾਈਮ ਟੀਵੀ ਲਈ ਦਸੂਹਾ ਤੋਂ ਸੁਖਦੇਵ ਸਿੰਘ ਦੀ ਰਿਪੋਰਟ।